ਭਾਈ ਮੈਨੂੰ ਪਤਾ ਲੱਗਾ ਕਿ ਬਹੁਤ ਗੂੜੀ ਸਾਂਝ ਸੀ ਤੁਹਾਡੀ ਪਾਪਾ ਸਾਹਿਬ ਭਾਈ, ਬਹੁਤ ਸਾਰੀਆਂ ਮੁਲਾਕਾਤਾਂ ਜਿੱਦਾਂ ਤੁਸੀਂ ਦੱਸ ਰਹੇ ਹੋਈਆਂ ਤੁਹਾਡੀਆਂ, ਕੀ ਲੱਭਿਆ ਤੁਸੀਂ ਪਾਤਰ ਸਾਹਿਬ 'ਚ? ਮਿਲ ਜਾਂਦੇ ਪ੍ਰੋਗਰਾਮ ਤਾਂ? ਹਾਂ, ਚੰਗੇ ਮਿਲ ਹੀ ਜਾਂਦੇ ਨੇ, ਚੰਗਿਆਂ ਨੂੰ ਘੱਟ ਮਿਲਦੇ ਨੇ ਪਰ ਚੰਗੇ ਮਿਲ ਜਾਂਦੇ। ਇੱਕ ਰੰਜੋਦੀਆਂ ਦੀ ਰੂਹ ਇੰਨੀ ਪਵਿੱਤਰ ਸੀ ਨਾ, ਤੁਸੀਂ ਜਿੱਦਾਂ ਤੁਸੀਂ ਬੈਠੇ ਮੇਰੇ ਕੋਲ ਇੱਦਾਂ ਤੁਸੀਂ ਬੈਠ ਜਾਓ ਨਾ, ਉਹਨਾਂ ਦਾ ਇੱਕ ਔਰਾ ਇੰਨਾ ਜ਼ਬਰਦਸਤ ਸੀ ਨਾ ਕਿ ਤੁਹਾਡਾ ਦਿਲ ਕਰੂਗਾ ਮੈਂ ਉੱਠਾਂ ਨਾ ਉਹਨਾਂ ਕੋਲ। ਜਦੋਂ ਮੈਂ ਉਹ ਮੇਰਾ ਸਟੈਂਜਾ ਆਇਆ, ਮੈਂ ਤੇ ਨਹੀਂ ਰਵਾਂਗਾ ਤੇ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕਾਂ ਜੀ, ਤੇ ਅੱਖਾਂ 'ਚ ਆਂਸੂ ਆ ਗਏ ਉਹਨਾਂ ਦੀਆਂ 'ਚ। ਜਦੋਂ ਵੀ ਉਹਨਾਂ ਦੇ ਘਰ ਜਾਣਾ ਨਾ, ਉੱਥੇ ਹਾਰਮੋਨੀਅਮ ਪਿਆ ਹੁੰਦਾ ਸੀ, ਉਹਨਾਂ ਕਹਿਣਾ ਕੁਲਵੰਤ ਹਾਰਮੋਨੀਅਮ ਲੈ ਲਾ ਜੀ, ਅਤੇ ਮੈਂ ਹਾਰਮੋਨੀਅਮ ਖੋਲ੍ਹ ਲਿਆ ਅਤੇ ਮੇਰੇ ਇੱਕ ਦਿਮਾਗ 'ਚ ਨਾ ਫੈਜ਼ ਅਹਿਮਦ ਫੈਜ਼ ਉਹਨਾਂ ਦੀ ਉਰਦੂ ਦੀ ਗਜ਼ਲ, ਅਤੇ ਉਹ ਮੈਂ ਸ਼ੁਰੂ ਕੀਤੀ ਗਾਣੀ ਅਤੇ ਉਹਨਾਂ ਨੇ ਥੋੜ੍ਹੀ ਸਤਾਈ ਸੁਣੀ ਅਤੇ ਨਾ ਉੱਠ ਕੇ ਚਲੇ ਗਏ। ਰਚਨਾ ਪੇਸ਼ ਕਰ ਰਿਹਾ, ਇਸ ਰਚਨਾ ਦੇ ਵਿੱਚ ਉਹਨਾਂ ਨੇ ਇੱਕ ਇਨਸਾਨ ਦਾ ਇੱਕ ਨਕਸ਼ਾ ਖਿੱਚਿਆ ਅਤੇ ਆਈਏ ਆਪਾਂ ਉਹਦੇ ਸ਼ੇਅਰ ਪੂਰੇ ਕਰ। ਬਸ ਸ਼ਾਂਤੀ ਕੋ ਬਲਦਾ ਬਿਰਖ ਖਤਮ ਹਾਂ, ਬਸ ਸ਼ਾਂਤੀ ਕੋ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਬਲਦਾ ਬਿਰਖ ਹਾਂ ਬਲਦਾ। ਵਾਹ ਵਾਹ, ਮੈਂ ਤੇ ਨਹੀਂ ਰਮਾਂਗਾ ਮੇਰੇ ਗੀਤ ਰਹਿਣਗੇ, ਫਿਰ ਵੀ
ਫਿਰ ਵੀ ਕਿਸ ਬਹਾਰ ਦੀ ਕਰਦਾ ਉਡੀਕ ਬਲਦਾ ਬਿਰਖ ਬਲਦਾ। ਵਾਹ ਬਹੁਤ ਖੂਬ, ਥੈਂਕ ਯੂ ਜੀ, ਥੈਂਕ ਯੂ। ਮੈਂ ਇੱਦਾਂ ਮਹਿਸੂਸ ਕਰ ਰਿਹਾ ਕਿ ਜਿੱਦਾਂ ਸੁਰਜੀਤ ਪਾਤਰ ਸਾਹਿਬ ਨੇ ਬੋਲ ਤੇ ਲਿਖ ਦਿੱਤੇ, ਆਪਾਂ ਪੜ੍ਹੇ ਵੀ ਸਾਰਿਆਂ ਨੇ, ਪਰ ਅੱਜ ਜਦੋਂ ਤੁਹਾਡੇ ਮੂੰਹੋਂ ਸੁਣਿਆ ਉਹ ਬੋਲ ਜਿਹੜੇ ਆ, ਜਦੋਂ ਗਾਇਕੀ ਦੇ ਨਾਲ ਢਲ ਗਏ, ਸੰਗੀਤ ਦੇ ਨਾਲ ਤੁਸੀਂ ਢਾਲ ਦਿੱਤੇ, ਮੈਨੂੰ ਇੱਦਾਂ ਲੱਗਾ ਅੱਜ ਮੈਂ ਕੁਛ ਪਹਿਲਾਂ ਨਾਲੋਂ ਵੱਖਰਾ ਸੁਣਿਆ, ਵੱਖਰਾ ਜਾਣਿਆ, ਜਿੱਦਾਂ ਇੱਕ ਚੀਜ਼ ਇੱਕ ਲਿਖਤ ਸੰਪੂਰਨ ਹੋ ਗਈ ਹੋਵੇ। ਹੋ ਸਕਦਾ ਸਾਡੇ ਸਰੋਤਿਆਂ ਨੇ ਵੀ, ਸਾਡੇ ਦਰਸ਼ਕਾਂ ਨੇ ਵੀ ਇਹ ਚੀਜ਼ ਮਹਿਸੂਸ ਕੀਤੀ ਹੋਵੇ। ਭਾਈ ਬਹੁਤ ਬਹੁਤ ਸ਼ੁਕਰੀਆ ਦੋਸਤੋ। ਸਾਡੇ ਨਾਲ ਇਸ ਟਾਈਮ ਕੁਲਵੰਤ ਸਿੰਘ ਜੀ ਨੇ, ਅਤੇ ਤੁਸੀਂ ਸੁਣ ਰਹੇ ਸੀ ਇਹਨਾਂ ਦੇ ਮੂੰਹੋਂ ਪਾਤਰ ਸਾਹਿਬ ਨੂੰ। ਜਿੱਦਾਂ ਪਾਤਰ ਸਾਹਿਬ ਗੱਲ ਕਰਕੇ ਗਏ ਆ ਕਿ ਮੈਂ ਚਲੇ ਜਾਊਂਗਾ ਪਰ ਦੁਨੀਆਂ ਦੇ ਉੱਤੇ ਮੇਰੇ ਗੀਤ ਰਹਿਣਗੇ, ਕਲਾਕਾਰ ਹਮੇਸ਼ਾ, ਰਾਈਟਰ ਹਮੇਸ਼ਾ ਇਸ ਦੁਨੀਆਂ ਦੇ ਉੱਤੇ ਰਹਿੰਦੇ ਨੇ। ਭਾਈ ਮੈਨੂੰ ਪਤਾ ਲੱਗਾ ਕਿ ਬਹੁਤ ਗੂੜੀ ਸਾਂਝ ਸੀ ਤੁਹਾਡੀ ਪਾਤਰ ਸਾਹਿਬ ਨੂੰ। ਬਿਲਕੁਲ, ਮੇਰਾ 25 ਸਾਲ ਤੋਂ ਉਹਨਾਂ ਨਾਲ ਮੇਰਾ ਸੰਬੰਧ ਸੀ। ਵਾਹ। ਅਤੇ ਕਾਫੀ ਮਹਿਫਲਾਂ 'ਚ ਉਹਨਾਂ ਨਾਲ ਸੰਬੰਧ ਬਣਿਆ ਮੇਰਾ। ਅਤੇ ਹੁਣ ਜ਼ਿਆਦਾ ਜਦੋਂ ਉਹਨਾਂ ਦੇ ਲੁਧਿਆਣੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਹੋਏ ਜੀ, ਅਤੇ ਉਹਨਾਂ ਨੇ ਫਿਰ ਉਹ ਸੰਗੀਤਕ ਸ਼ਾਮਾਂ ਸ਼ੁਰੂ ਕੀਤੀਆਂ ਜੀ। ਅਤੇ ਉਹ ਫਿਰ ਹਰ ਇੱਕ ਆਰਟਿਸਟ ਨੂੰ ਨਾ ਹਰ ਮਹੀਨੇ ਉਹ ਫਿਰ ਇੱਕ ਆਰਟਿਸਟ ਨੂੰ ਬੁਲਾਉਂਦੇ ਸੀਗੇ ਜੀ, ਜੋ ਵੀ ਉਹਨੇ ਗਜ਼ਲਾਂ ਗਾਣੀਆਂ, ਸੂਫੀ ਗਾਣਾ, ਕੁਛ ਵੀ ਗਾਣਾ। ਅਤੇ ਉਹ ਚੀਜ਼ ਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ। ਕੁਛ ਪਾਤਰ ਸਾਹਿਬ ਦੀਆਂ ਰਚਨਾ ਗਾਣੀਆਂ, ਉਹਦੇ 'ਚ ਕੁਛ ਸੂਫੀ ਗਾਣਾ, ਔਰ ਉਹਦੇ ਨਾਲ ਕਾਫੀ ਆਰਟਿਸਟ ਨਵੇਂ ਨਵੇਂ ਉਹ 'ਚ ਜੁੜੇ ਅਤੇ ਆਉਂਦੇ ਕਾਫੀ ਦੇਰ ਉਹਨਾਂ ਨੇ। ਅਤੇ ਫਿਰ ਜਦੋਂ ਆਉਣਾ ਉਹਨਾਂ ਨੇ, ਜਦੋਂ ਸੈਟਅਪ ਉਹ ਬਣਾਉਣਾ ਸੀ ਪੰਜਾਬੀ ਭਵਨ ਉੱਥੇ, ਅਤੇ ਉਹਨਾਂ ਨੇ ਪਹਿਲਾਂ 2 ਘੰਟੇ ਆਪ ਆ ਜਾਣਾ, ਸਾਰਾ ਅਰੇਂਜਮੈਂਟ ਦੇਖਣਾ, ਸਾਊਂਡ ਦਾ, ਚੇਅਰ ਦਾ, ਹਰ ਇੱਕ ਚੀਜ਼ ਦਾ ਪ੍ਰੋਪਰ ਪੂਰਾ ਉਹਨਾਂ ਨੇ ਇਕੱਲੀ ਇਕੱਲੀ ਚੀਜ਼ ਧਿਆਨ ਕਰਕੇ ਫਿਰ ਜਾਣਾ ਅਤੇ ਫਿਰ ਪ੍ਰੋਗਰਾਮ ਸ਼ੁਰੂ ਹੋਣਾ ਅਤੇ ਉਹਨਾਂ ਨੇ ਉੱਥੇ ਪਹੁੰਚ ਜਾਣਾ ਆ ਕੇ। ਵਾਹ। ਕੁਛ ਯਾਦ ਹੈ ਪਹਿਲੀ ਵਾਰ ਕਿੱਦਾਂ ਮੁਲਾਕਾਤ ਦਾ ਸਬੱਬ ਬਣਿਆ? ਪਹਿਲੀ ਵਾਰ ਅਸੀਂ, ਮੈਨੂੰ ਯਾਦ ਆ ਕਿ ਚਮਨ ਲਾਲ ਚਮਲ ਜੀ ਨਾ ਰਾਈਟਰ ਨੇ ਇੰਗਲੈਂਡ ਦੇ, ਅਤੇ ਉਹ ਇੱਕ ਵਾਰੀ ਘਰ ਆਏ ਪਾਤਰ ਸਾਹਿਬ ਦੇ ਜੀ, ਅਤੇ ਉੱਥੇ ਫਿਰ ਅਸੀਂ ਇੱਕ ਛੋਟੀ ਜਿਹੀ ਸ਼ਾਮ ਦਾ ਇੱਕ ਆਯੋਜਨ ਕੀਤਾ ਜੀ। ਅਤੇ ਉਦੋਂ ਫਿਰ ਉਦੋਂ ਵੀ ਕਾਫੀ ਸ਼ੌਕ ਸੀਗਾ ਸਾਨੂੰ ਰਿਚ ਪੋਇਟਰੀ ਦਾ, ਵਧੀਆ ਪੋਇਟਰੀ ਗਾਉਣ ਦਾ ਜੀ ਸਾਰਾ, ਅਤੇ ਉਦੋਂ ਮੇਰਾ ਉਹਨਾਂ ਨਾਲ ਰਾਬਤਾ ਫਿਰ ਕਾਇਮ ਹੋਇਆ। ਉਸ ਤੋਂ ਪਹਿਲਾਂ ਕੋਈ ਅਹਿਸਾਸ ਸੀ ਵੀ ਮੈਂ ਕਿਹਨੂੰ ਮਿਲਣ ਚੱਲਿਆ ਜਾਂ ਉਹਨਾਂ ਬਾਰੇ ਕੋਈ ਵਾਹ ਵਾਸਤਾ ਪਹਿਲਾਂ ਰਿਹਾ? ਉਹ ਤਾਂ ਅਸੀਂ ਮਹਿਫਲਾਂ 'ਚ ਸੁਣਦੇ ਰਹਿੰਦੇ ਹੁੰਦੇ ਸੀ ਪਾਤਰ ਸਾਹਿਬ ਨੂੰ, ਪਤਾ ਸੀ ਤੁਹਾਨੂੰ ਜਾਣਾ, ਅਤੇ ਉਹ ਖਿੱਚ ਬਹੁਤ ਪੈਂਦੀ ਸੀ ਉਹਨਾਂ ਦੀ ਪੋਇਟਰੀ ਦੀ, ਜਦੋਂ ਅਸੀਂ ਉਹਨਾਂ ਦੀ ਸੁਣਨੀ ਜਾਂ ਕੋਈ ਚੂਤ ਸੁਣਨੀ, ਬੜਾ ਦਿਲ ਕਰਨਾ ਵੀ ਇੰਨੀ ਰੂਹ ਨੂੰ ਉਹ ਲੱਗਣੀ ਉਹ ਪੋਇਟਰੀ ਕਿ ਉਹ ਦਿਲ ਕਰਦਾ ਯਾਰ ਇਹਨੂੰ ਕੁਛ ਕੀਤਾ ਜਾਵੇ, ਕੁਛ ਗਾਇਆ ਜਾਵੇ। ਫਿਰ ਹੌਲੀ ਹੌਲੀ ਉਹਨਾਂ ਦੇ ਨਾਲ ਸਾਡੀ ਨੇੜਤਾ ਫਿਰ ਬਣ ਗਈ ਉਹਨਾਂ ਦੇ। ਅੱਛਾ, ਕਹਿੰਦੇ ਨੇ ਜਦੋਂ ਤੁਸੀਂ ਕੋਈ ਬਹੁਤ ਅਮੀਰ ਗੀਤ ਕੋਈ ਗਾ ਰਹੇ ਹੋ, ਤੁਸੀਂ ਕੋਈ ਬੜੀ ਅਮੀਰ ਰਚਨਾ ਤੁਹਾਡੇ ਹੱਥ ਲੱਗ ਜਾਏ ਜਾਂ ਇੱਦਾਂ ਕੋਈ ਵੱਡਾ ਸ਼ਾਇਰ ਜਿਹਨੂੰ ਤੁਸੀਂ ਗਾਉਣਾ ਹੋਵੇ, ਅਤੇ ਗਾਇਕ ਵੀ ਇੱਕ ਵਾਰੀ ਝੱਕਦਾ ਵੀ ਮੈਂ ਇਹਨੂੰ ਨਿਭਾ ਪਾਊਂਗਾ ਜਾਂ ਨਹੀਂ, ਹੁੰਦਾ ਇੱਦਾਂ? ਇਹ ਬਿਲਕੁਲ ਹੁੰਦਾ ਇੱਦਾਂ। ਅਤੇ ਉਹਦੇ 'ਚ ਇਹ ਹੈ ਕਿ ਤੁਹਾਨੂੰ ਫਿਰ ਉਹਦੇ ਕੋਲ ਜਾ ਕੇ ਪੋਇਟ ਦੇ ਕੋਲ ਬਹਿਣਾ ਪੈਂਦਾ ਜਿਹੜਾ ਲਿਖਦਾ ਜੀ,
ਫਿਰ ਉਹ ਆਪਣੀ ਉਹ ਦੱਸਦਾ ਵੀ ਮੈਂ ਤੁਸੀਂ ਕਿੱਦਾਂ ਲਿਖਿਆ ਇਹਨਾਂ ਨੂੰ, ਫਿਰ ਆਪਣੇ ਬੋਲ ਦੱਸਦਾ ਵੀ ਮੈਂ ਇੱਦਾਂ ਇਹਨੂੰ ਗਾਉਂਦਾ ਵਾਂ। ਉਹਦੇ 'ਚ ਆਪਣੀ ਇੱਕ ਰੂਹ ਹੁੰਦੀ ਹੈ ਇੱਕ ਪੋਇਟਰੀ 'ਚ, ਬਿਲਕੁਲ। ਫਿਰ ਉਹ ਪੋਇਟਰੀ 'ਚ ਜਿੱਦਾਂ ਉਹ ਦੱਸਦੇ ਆ, ਫਿਰ ਉਹਨੂੰ ਉਹ ਫੋਲੋ ਕਰਕੇ ਵੀ ਕਿੱਦਾਂ ਦੀ ਰੂਹ ਆ, ਫਿਰ ਉਹਦੇ ਨਾਲ ਫਿਰ ਉਹ ਤੁਹਾਨੂੰ ਕਨੈਕਟ ਹੋਣਾ ਪੈਂਦਾ। ਸੋ ਬੜਾ ਵੱਡਾ ਸਫ਼ਰ ਆ ਇਹ, ਮਤਲਬ ਇਹ ਨਹੀਂ ਆ ਕਿ ਤੁਹਾਡੇ ਹੱਥ ਗਾਣਾ ਲੱਗ ਗਿਆ ਤੇ ਤੁਸੀਂ ਗਾ, ਬਿਲਕੁਲ ਬਿਲਕੁਲ। ਸੋ ਪਹਿਲਾਂ ਉਹਦਾ ਬੇਸ ਜਾਣਨਾ, ਬਿਲਕੁਲ, ਉਪਜਿਆ ਕਿੱਦਾਂ ਵਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਆਪਾਂ ਕੋਈ ਲਿਖਤ ਪੜ੍ਹਦੇ ਆ, ਸਾਨੂੰ ਕੁਝ ਹੋਰ ਸਮਝ ਆਉਂਦੀ ਆ, ਰਾਈਟਰ ਨੇ ਕਿਸੇ ਹੋਰ ਪੁਆਇੰਟ ਆਫ ਬਣਾਇਆ। ਬਿਲਕੁਲ ਬਿਲਕੁਲ, ਵੈਸੇ ਇਹ ਖੂਬਸੂਰਤੀ ਵੀ ਆ ਲਿਖਤ ਦੇ। ਬਿਲਕੁਲ ਸਹੀ ਗੱਲ ਹੈ, ਤੇ ਇਸੇ ਕਰਕੇ ਮੈਂ ਕਿਹਾ ਸ਼ੁਰੂ 'ਚ ਕਿ ਜਦੋਂ ਤੁਸੀਂ ਗਾਇਆ ਉਹਨੂੰ ਤੇ ਫਿਰ ਉਹ ਸੰਪੂਰਨ ਲੱਗੀ, ਬਿਲਕੁਲ, ਕਿਉਂਕਿ ਅਸਲ ਫੀਲ ਤੁਸੀਂ ਇੱਕ ਗਾਇਕ ਨੇ ਉਹਨੂੰ ਦੇਤੀ। ਭਾਈ ਜਦੋਂ ਤੁਸੀਂ ਗਾ ਰਹੇ ਨਾ, ਜਦੋਂ ਤੁਸੀਂ ਸ਼ੁਰੂ ਕੀਤਾ, ਤੇ ਮੈਂ ਨੋਟ ਕਰ ਰਿਹਾ ਹਾਂ ਤੁਸੀਂ ਕਿਸੇ ਹੋਰ ਹੀ ਦੁਨੀਆਂ 'ਚ ਪਹੁੰਚ ਗਏ ਹੋ, ਤੁਸੀਂ ਤੁਹਾਡੇ ਅੰਦਰ ਜਜ਼ਬਾਤ ਜਿਹੜੇ ਤਰੀਕੇ ਦੇ ਨਾਲ ਤੁਸੀਂ, ਮਤਲਬ ਮੈਂ ਉਹ ਬਿਆਨ ਨਹੀਂ ਕਰ ਸਕਦਾ ਉਹ ਚੀਜ਼, ਮਤਲਬ ਇੱਦਾਂ ਭਿੱਜ ਕੇ ਤੁਸੀਂ ਗਾ ਰਹੇ, ਤੁਸੀਂ ਕੀ ਮਹਿਸੂਸ ਕਰ ਰਹੇ? ਕਿਉਂਕਿ ਦੇਖੋ ਕੋਈ ਵੀ ਪੋਇਟਰੀ ਆ, ਜਿੰਨੀ ਦੇਰ ਉਹਦੇ ਤੁਸੀਂ ਡੀਪਲੀ ਨਹੀਂ ਜਾਓਗੇ, ਉਹਦੇ ਫੀਲ ਨੂੰ ਨਹੀਂ ਅਸੈਪਟ ਕਰੋਗੇ, ਤੇ ਮੈਂ ਨਹੀਂ ਸਮਝਦਾ ਕਿ ਉਹ ਤੁਹਾਡੇ ਤੱਕ ਪਹੁੰਚੂਗੀ। ਕੀ ਸੀ ਜੈਨ ਚ ਪਾਤਰ ਸਾਹਿਬ ਕਿ ਉਹਨਾਂ ਦੀ ਲਿਖਤ? ਮੈਨੂੰ ਕਾਫੀ ਕੁਛ ਸੀਗਾ ਜੈਨ ਚ ਉਹਨਾਂ ਦਾ, ਇੱਕ ਚੀਜ਼ ਉਹਨਾਂ ਦਾ ਸਾਰਾ ਕੁਛ ਮੈਨੂੰ ਯਾਦ ਆ ਰਿਹਾ ਸੀ, ਕੁਝ ਜਿੱਦਾਂ ਉਹਨਾਂ ਦਾ ਬੋਲਣਾ, ਉਹਨਾਂ ਦੀ ਰੂਹ ਨਾਲ ਕਨੈਕਟ ਹੋਣਾ, ਉਹ ਕਿੱਦਾਂ ਗੱਲ ਕਰਦੇ ਸੀ, ਕਿੱਦਾਂ ਬੋਲਦੇ ਸੀ, ਉਹਨਾਂ ਨੂੰ ਕੀ ਪਸੰਦ ਸੀ, ਤੇ ਉਹ ਸਾਰਾ ਕੁਛ ਜ਼ਿਹਨ 'ਚ ਲਿਆ ਕੇ ਤੇ ਉਹ ਫਿਰ ਉਦਾਂ ਫਿਰ ਕਰਨਾ ਪੈਂਦਾ। ਮੈਨੂੰ ਤੁਹਾਡੇ ਹਾਵ ਭਾਵ ਵੇਖ ਕੇ ਇੱਦਾਂ ਮਹਿਸੂਸ ਹੋ ਰਿਹਾ ਹੈ ਜਿੱਦਾਂ ਨਾ ਤੁਸੀਂ ਕੋਈ ਪੁਰਾਣੀ ਯਾਦ ਦੇ ਵਿੱਚ ਖੋ ਗਏ ਹੋ, ਜਿੱਦਾਂ ਤੁਹਾਨੂੰ ਲੱਗ ਰਿਹਾ ਹੋਵੇ ਕਿ ਉਹ ਤੁਹਾਡੇ ਸਾਹਮਣੇ ਬੈਠੇ ਨੇ ਜਾਂ ਉਹਨਾਂ ਦੇ ਕੋਲ ਬਹਿ ਕੇ ਤੁਸੀਂ ਗਾ ਰਹੇ ਹੋ, ਜਾਂ ਉਹਨਾਂ ਨੂੰ ਯਾਦ ਕਰਕੇ ਤੁਸੀਂ, ਮੈਨੂੰ ਲੱਗ ਰਿਹਾ ਵੀ ਜੇ ਕੋਈ ਹੋਰ ਇੱਕ ਅੱਧਾ ਟੱਪਾ ਤੁਸੀਂ ਗਾ ਲੈਂਦੇ ਤਾਂ ਸ਼ਾਇਦ ਤੁਹਾਡੀਆਂ ਅੱਖਾਂ ਥਾਣੀ ਡੁੱਲ ਜਾਂਦਾ। ਬਿਲਕੁਲ, ਮੈਨੂੰ ਯਾਦ ਹੈ ਰੰਜੋਤ ਜੀ ਕਿ ਇੱਕ ਵਾਰੀ ਮੈਂ ਪਾਤ ਸਾਹਿਬ ਦੇ ਘਰ ਬੈਠੇ ਜੀ, ਅਤੇ ਜਦੋਂ ਵੀ ਉਹਨਾਂ ਦੇ ਘਰ ਜਾਣਾ ਨਾ, ਉੱਥੇ ਹਾਰਮੋਨੀਅਮ ਪਿਆ ਹੁੰਦਾ ਸੀ, ਉਹਨਾਂ ਨੇ ਕਹਿਣਾ ਕੁਲਵੰਤ ਹਾਰਮੋਨੀਅਮ ਲੈ ਲਾ ਜੀ, ਅਤੇ ਮੈਂ ਹਾਰਮੋਨੀਅਮ ਖੋਲ੍ਹ ਲਿਆ, ਅਤੇ ਮੇਰੇ ਇੱਕ ਦਿਮਾਗ 'ਚ ਨਾ ਫੈਜ਼ ਅਹਿਮਦ ਫੈਜ਼ ਉਹਨਾਂ ਦੀ ਉਰਦੂ ਦੀ ਗਜ਼ਲ, ਅਤੇ ਉਹ ਮੈਂ ਸ਼ੁਰੂ ਕੀਤੀ ਗਾਣੀ, ਅਤੇ ਉਹਨਾਂ ਨੇ ਥੋੜ੍ਹੀ ਸਤਾਈ ਸੁਣੀ ਅਤੇ ਨਾ ਉੱਠ ਕੇ ਚਲੇ ਗਏ, ਉੱਠ ਕੇ ਚਲੇ ਗਏ, ਅਤੇ ਉੱਥੇ ਨਾ ਕਾਫੀ ਬੁੱਕਸ ਉਹਨਾਂ ਦੇ ਘਰ, ਉਹ ਰੈਕ ਵੱਡਾ ਬਣਿਆ ਹੋਇਆ ਜੀ, ਅਤੇ ਉਹਦੇ 'ਚ ਜਾ ਕੇ ਨਾ, ਅਤੇ ਉਹ ਇੱਕ ਕਿਤਾਬ ਲੈ ਆਏ, ਹਾਂਜੀ, ਕਿਤਾਬ ਲੈ ਕੇ ਉਹਨਾਂ ਨੇ ਉਹ ਪੋਇਟਰੀ ਜਦੋਂ ਖੋਲ੍ਹੀ, ਅਤੇ ਮੈਨੂੰ ਕਹਿੰਦੇ ਜਿਹੜੀ ਤੂੰ ਕੁਲਵੰਤ ਗਾ ਰਿਹਾ ਸੀ ਨਾ ਉਰਦੂ ਦੀ ਗਜ਼ਲ, ਤੂੰ ਉਹੀ ਕੰਪੋਜੀਸ਼ਨ 'ਤੇ ਇਹ ਗਾ। ਹਾਂ, ਓਕੇ, ਹਾਂ, ਅਤੇ ਉਹ ਮੈਂ ਰੰਜੋਤ ਜੀ ਗਾਈ, ਕਿਆ ਬਾਤ ਹੈ, ਸੇਮ ਸਾਰਾ ਕੁਛ, ਤੁਸੀਂ ਦੇਖੋ ਪੋਇਟ ਦੀ ਸੋਚ ਕਿੱਥੇ ਕਨੈਕਟ ਕੀਤੀ, ਉਹ ਕਿੱਦਾਂ ਉਹਨਾਂ ਨੇ ਉਹ ਮੈਨੂੰ ਦਿੱਤੀ, ਦੇਖੋ ਤਾਂ ਮੈਂ ਉਹ ਸੁਣਾਵਾਂ ਥੋੜ੍ਹੀ ਜਿਹੀ। ਹਾਂਜੀ ਹਾਂਜੀ, ਪਲੀਜ਼ ਪਲੀਜ਼। ਜਿਸ ਚ ਸੂਰੀ ਦਾ ਇੰਤਜ਼ਾਮ ਜਿਸ ਚ ਸੂਲੀ ਦਾ ਇੰਤਜ਼ਾਮ ਨਹੀਂ, ਯਾਰੋ ਐਸਾ ਕਿਤੇ ਨਿਜ਼ਾਮ ਨਹੀਂ, ਜਿਸ ਚ ਸੂਲੀ ਦਾ ਇੰਤਜ਼ਾਮ ਨਹੀਂ। ਮੈਂ ਤਾਂ ਸੂਰਜ
ਬਲਦਾ ਬਹੁਤ ਮੈਂ ਤਾਂ ਸੂਰਜ ਛੁਪ ਕੇ ਵੀ ਬਲਦਾ ਛੁਪ ਕੇ ਵੀ ਬਲਦਾ ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ ਯਾਰੋ ਐਸਾ ਕਿਤੇ ਨਿਜ਼ਾਮ ਨਹੀਂ ਜਿਸ ਚ ਸੂਲੀ ਦਾ ਇੰਤਜ਼ਾਮ ਅਗਲਾ ਸ਼ੇਰ ਪੜ੍ਹਦਾ ਬਹੁਤ ਕੁਛ ਬਹੁਤ ਕੁਛ ਮੇਰੀ ਮਿੱਟੀ ਚ ਫੁੱਲ ਖਿੜ ਮੇਰੀ ਮਿੱਟੀ ਚ ਫੁੱਲ ਖਿੜਦੇ ਨੇ ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ ਵਾਹ ਮੈਨੂੰ ਤਾਂ ਮਰ ਕੇ ਵੀ ਮਰ ਕੇ ਵਾਹ ਮਰ ਕੇ ਵੀ ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ ਯਾਰੋ ਐਸਾ ਕਿਤੇ ਨਿਜ਼ਾਮ ਨਹੀਂ ਜਿਸ ਚ ਸੂਰੀ ਦਾ ਇੰਤਜ਼ਾਮ ਨਹੀਂ ਵਾਹ ਵਾਹ ਥੈਂਕ ਯੂ ਬਹੁਤ ਖੂਬ ਭਾਈ ਆਨੰਦ ਮਤਲਬ ਜਿਲ ਦਿਲ 'ਤੇ ਕਰ ਰਿਹਾ ਵੀ ਸੁਣੀ ਜਾਈਏ ਅਤੇ ਤੁਸੀਂ ਗਾਈ ਜਾਓ ਜੀ ਜੀ ਮਤਲਬ ਕਮਾਲ ਬਹੁਤ ਸੋਹਣਾ ਭਾਈ ਬਹੁਤ ਸਾਰੀਆਂ ਮੁਲਾਕਾਤਾਂ ਜਿੱਦਾਂ ਤੁਸੀਂ ਦੱਸ ਰਹੇ ਹੋਈਆਂ ਤੁਹਾਡੀਆਂ ਜੀ ਜੀ ਕੀ ਲੱਭਿਆ ਤੁਸੀਂ ਪਾਤ ਸਾਹਿਬ 'ਚੋਂ ਕਿੱਦਾਂ ਦੀ ਸ਼ਖਸੀਅਤ ਸਨ ਹੁਣ ਆਪਾਂ ਜੇ ਇੱਦਾਂ ਵੇਖੀਏ ਤਾਂ ਬਹੁਤ ਡੂੰਘਾ ਬਹੁਤ ਦਰਦ ਬਹੁਤ ਡੰਗਾਈ ਅਤੇ ਵੈਸੇ ਮੈਂ ਸੁਣਿਆ ਵਾਂ ਵੀ ਬੜੇ ਉਹ ਹਾਸੇ ਮਜ਼ਾਕ ਵਾਲੇ ਬੰਦੇ ਬਿਲਕੁਲ ਉਹ ਵੀ ਸੀਗੇ ਅਤੇ ਇੱਕ ਰੰਜੂ ਜੀ ਨੇ ਰੂਹ ਇੰਨੀ ਪਵਿੱਤਰ ਸੀ ਨਾ ਤੁਸੀਂ ਜਿੱਦਾਂ ਤੁਸੀਂ ਬੈਠੇ ਮੇਰੇ ਕੋਲ ਇੱਦਾਂ ਤੁਸੀਂ ਬੈਠ ਜਾਓ ਨਾ ਉਹਨਾਂ ਦਾ ਇੱਕ ਔਰਾ ਇੰਨਾ ਜ਼ਬਰਦਸਤ ਸੀ ਨਾ ਕਿ ਤੁਹਾਡਾ ਦਿਲ ਕਰੂਗਾ ਮੈਂ ਉੱਠਾਂ ਨਾ ਉਹਨਾਂ ਕੋਲ ਵੀ ਬੈਠਾ ਰਹਾਂ ਇਹਨਾਂ ਦੀਆਂ ਗੱਲਾਂ ਸੁਣਦਾ ਰਹਾਂ ਉਹਨਾਂ ਨੂੰ ਦੇਖਦਾ ਰਹਾਂ ਮਤਲਬ ਇੱਦਾਂ ਦੀ ਰੂਹ ਸੀ ਉਹ ਇੱਕ ਬਹੁਤ ਅੱਛਾ ਮੈਨੂੰ ਇਹ ਵੀ ਸੁਣਨ 'ਚ ਮਿਲਿਆ ਕਿ ਤੁਸੀਂ ਉਹਨਾਂ ਦੀਆਂ ਗਜ਼ਲਾਂ ਦੇ ਉੱਤੇ ਕੋਈ ਟੇਪ ਵੀ ਕਰ ਰਹੇ ਹਾਂਜੀ ਮੈਂ ਐਕਚੁਲੀ ਨਾ ਅਸੀਂ ਜਦੋਂ ਮੈਂ ਇੱਥੇ ਮੈਲਬੋਰਨ ਆਉਣਾ ਸੀ ਜੀ ਅਸੀਂ 6 ਗਜ਼ਲਾਂ ਉਹਨਾਂ ਦੀਆਂ ਅਸੀਂ ਕੀਤੀਆਂ ਐਕਚੁਲੀ ਜੀ ਅਤੇ ਕਾਫੀ ਇੰਟਰੈਕਟ ਰਿਹਾ ਉਹਨਾਂ ਦੇ ਨਾਲ ਮੈਂ ਅਤੇ ਮੈਂ ਕਿਹਾ ਪਾਤਰ ਸਾਹਿਬ ਤੁਸੀਂ
ਜਿਹੜੀਆਂ ਗਾਣੀਆਂ ਨਾ ਗਜ਼ਲਾਂ ਮੈਨੂੰ ਦੱਸੀਆਂ ਦਿੱਤੀਆਂ ਜੀ, ਤੇ ਤੁਸੀਂ ਉਹਨਾਂ ਦੇ ਫਰੰਟ ਤੇ ਤੁਸੀਂ ਕੁਛ ਕਹਿਣਾ ਉਹਦੇ ਬਾਰੇ ਵੀ ਮੈਂ ਇਹ ਇੱਦਾਂ ਲਿਖੀ ਉੱਥੇ ਲਿਖੀ ਵੀ ਆ ਇਹਦਾ ਸਾਰਾ ਬਿਊਰਾ ਵਾ ਜਿੱਦਾਂ ਵੀ ਜੀ, ਤੇ ਕਹਿੰਦੇ ਕੋਈ ਗੱਲ ਨਹੀਂ ਕੁਲਵੰਤ ਆਪਾਂ ਸ਼ੁਰੂ ਕਰ ਲੈਂਦੇ ਹਾਂ, ਅਤੇ ਅਸੀਂ ਉਹਦੀ ਵੋਕਲ ਸਾਰੀ ਰਿਕਾਰਡ ਕਰ ਲਈ ਉਹ ਸਾਰਾ ਕੁਛ, ਅਸੀਂ 6 ਦੀਆਂ 6 ਗਜ਼ਲਾਂ ਜੀ, ਅਤੇ ਜਦੋਂ ਲਾਸਟ ਟਾਈਮ ਜਦੋਂ ਮੈਂ ਆਉਣਾ ਸੀਗਾ ਇੱਧਰ, ਅਤੇ ਫਿਰ ਮੈਂ ਪਾਤ ਸਾਹਿਬ ਨੂੰ ਫੋਨ ਕੀਤਾ ਜੀ ਵੀ ਪਾਤ ਸਾਹਿਬ ਅਸੀਂ ਉਹ ਰਿਕਾਰਡ ਕਰ ਲਈਆਂ ਅਸੀਂ 6 ਦੀਆਂ 6, ਅਤੇ ਤੁਸੀਂ ਆ ਕੇ ਉਹ ਸੁਣ ਲਓ, ਕਿਤੇ ਕੋਈ ਤਲਫਜ਼ ਦੀ ਗਲਤੀ, ਕਿਤੇ ਅੱਖਰ ਦੀ, ਕਿਸੇ ਵਰਡ ਦੀ ਕੋਈ ਗੱਲਬਾਤ ਹੋਵੇ ਤਾਂ ਉਹਨੂੰ ਅਸੀਂ ਕਰੈਕਟ ਕਰ ਲਏ। ਅਤੇ ਕਹਿੰਦੇ ਕੋਲੋਂ ਤਾਂ ਮੈਂ ਕੱਲ੍ਹ ਆਉਣਾ ਵਾ, ਅਤੇ ਮੇਰੀ ਇੱਕ ਕੋਈ ਰਿਕਾਰਡਿੰਗ ਆ ਛੋਟੀ ਜਿਹੀ, ਅਤੇ ਆਪਾਂ ਫਿਰ ਸੁਣਦੇ ਬੈਠ ਕੇ। ਠੀਕ। ਅਤੇ ਜਦੋਂ ਉਹਨਾਂ ਦਾ ਰਿਕਾਰਡਿੰਗ ਖਤਮ ਹੋਈ, ਕਹਿੰਦੇ ਚੱਲ ਵੀ ਕੁਲਵੰਤ ਚੱਲੀਏ ਆਪਾਂ ਸੁਣੀਏ। ਅਸੀਂ ਸਟੂਡੀਓ 'ਚ ਬੈਠ ਗਏ, ਪਹਿਲੀ ਗਜ਼ਲ ਅਸੀਂ ਸੁਣੀ, ਬੜੇ ਖੁਸ਼ ਚੁੱਪ ਬੈਠੇ ਰਹੇ, 6-7 ਜਾਣੇ ਸੀ ਉੱਥੇ। ਅਤੇ ਦੂਜੀ ਗਜ਼ਲ, ਤੀਜੀ ਗਜ਼ਲ, ਜਦੋਂ ਆ ਬਲਦਾ ਬਿਰਖਾਂ ਖਤਮ ਹਾਂ ਸ਼ਾਮ ਤੀਖਾਂ, ਜਦੋਂ ਮੈਂ ਉਹ ਮੇਰਾ ਸਟੈਂਜਾ ਆਇਆ, ਮੈਂ ਤਾਂ ਨਹੀਂ ਰਵਾਂਗਾ ਅਤੇ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ 'ਤੇ ਲੀਕ ਹਾਂ, ਅਤੇ ਅੱਖਾਂ 'ਚ ਆਂਸੂ ਆ ਗਏ ਉਹਨਾਂ ਦੀਆਂ, ਅਤੇ ਇੱਕਦਮ ਮਾਹੌਲ ਉੱਥੇ ਸਟੂਡੀਓ 'ਚ ਇੱਕਦਮ ਠੰਡੰਬਰ ਗਿਆ, ਜਿੱਦਾਂ ਵਕਤ ਰੁਕ ਗਿਆ ਹੋਵੇ ਇੱਕਦਮ। ਅਤੇ ਪਤਾ ਨਹੀਂ ਸੀ ਕੀ ਉਹਨਾਂ ਦੇ ਮਾਇੰਡ 'ਚ ਚੱਲ ਰਿਹਾ ਸੀਗਾ ਉਸ ਸਮੇਂ, ਕੁਛ ਨਹੀਂ। ਅਤੇ ਫਿਰ ਮੈਂ ਇੱਧਰ ਆ ਗਿਆ, ਮੈਂ ਕਿਹਾ ਚਲੋ ਮੈਂ ਇੱਥੋਂ ਜਾ ਕੇ ਅਤੇ ਅਸੀਂ ਉਹ ਸਾਰਾ ਕੁਛ ਪੂਰਾ ਫਾਈਨਲ ਕਰ ਦਾਂਗੇ। ਅਤੇ ਉਹ ਬਸ ਉੱਨੀ ਦਿਨ ਇੱਥੇ ਉਹ ਨਿਊਜ਼ ਆ ਗਈ, ਲੱਗਿਆ ਸੋ ਤਾਂ ਕਰਕੇ ਉਹ ਚੀਜ਼ ਸ਼ਾਇਦ ਤੋਂ ਇਹਨਾਂ ਨੂੰ ਵਾਰ ਵਾਰ ਚੇਤੇ ਆਉਂਦੀ ਹੈ, ਤੁਸੀਂ ਉੱਥੇ ਕਨੈਕਟ ਕਰ ਪਾਉਂਦੇ ਹੋ। ਸੋ ਉਹ ਜਿਹੜੇ ਤੁਸੀਂ ਗੱਲ ਕਰ ਰਹੇ ਵੀ ਅੱਗੇ ਤੁਸੀਂ ਉਹਦੇ ਬੋਲ ਆਪਣੇ ਦੇਣੇ ਆ, ਉਹ ਹੋ ਪਾਇਆ? ਉਹ ਨਹੀਂ, ਉਹ ਅਸੀਂ ਉਹਦੇ ਨਾਲ ਕਰਨਾ ਸੀ, ਐਡਿਟ ਕਰਨਾ ਸੀ, ਉਹ ਫਰੰਟ ਰਹਿੰਦਾ। ਹਾਂਜੀ, ਉਹ ਰਹਿੰਦਾ ਸੀ, ਹਾਂ। ਉਹਨਾਂ ਕੀ ਪੋਰਸ਼ਨ ਸਾਡਾ ਰਹਿ ਗਿਆ ਸੀ, ਮੈਂ ਕਿਹਾ ਚਲੋ ਆ ਕੇ ਰਿਲੀਜ਼ ਕਰਾਂਗੇ ਨਾਲੇ, ਅਤੇ ਉਹ ਕਰ ਦਿਆਂਗੇ ਆ ਕੇ। ਅਤੇ ਹੁਣ ਕੀ ਪਲੈਨ ਹੈ ਫਿਰ ਕਰ ਰਹੇ ਹੋ? ਹਾਂਜੀ ਬਿਲਕੁਲ ਕਰਾਂਗੇ ਜੀ, ਹੁਣ ਅਸੀਂ ਨੈਕਸਟ ਮੰਥ ਫਿਰ ਜਾ ਕੇ ਉਹ ਸਾਰਾ ਉਹ ਕਰਕੇ ਜੀ, ਅਤੇ ਪੂਰਾ ਉਹ ਕਰਾਂ ਹੀ ਕਰਾਂਗੇ। ਸਾਡੇ ਕੋਲ ਸਾਰਾ ਰਿਕਾਰਡ ਪਿਆ ਉੱਥੇ, ਸਾਰਾ ਕੁਛ ਪਿਆ, ਉਹ ਰੱਖਿਆ ਹੋਇਆ ਸੀ। ਹੁਣ ਜਦੋਂ ਸੁਣਦੇ ਹੋ ਸਾਰੀਆਂ ਰਿਕਾਰਡਿੰਗਾਂ, ਕਿੱਦਾਂ ਮਹਿਸੂਸ ਕਰਦੇ ਹੋ? ਬਹੁਤ ਜ਼ਬਰਦਸਤ। ਇੱਕ ਆਪਾਂ ਪਲੈਨਿੰਗ ਕੀਤੀ ਹੁੰਦੀ ਆ, ਆਪਾਂ ਇੱਦਾਂ ਕਰਾਂਗੇ ਜ਼ਿੰਦਗੀ 'ਚ, ਆਪਾਂ ਕਰਾਂਗੇ, ਬਿਲਕੁਲ ਕੋਈ ਪਤਾ ਨਹੀਂ ਘੜੀ 'ਚ ਕੀ ਹੋਣਾ। ਬਿਲਕੁਲ ਬਿਲਕੁਲ, ਸ਼ਾਇਦ ਇਸੇ ਕਰਕੇ ਸਾਨੂੰ ਸ਼ਾਇਰ ਚੰਗੇ ਲੱਗਦੇ, ਕਿਉਂਕਿ ਉਹ ਇਹ ਚੀਜ਼ਾਂ ਪੜ੍ਹ ਪਾਉਂਦੇ ਆ ਆਪਣੀ ਜ਼ਿੰਦਗੀ 'ਚੋਂ, ਆਸ ਪਾਸ 'ਚੋਂ। ਜੀ 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 ਜੀ, ਇਸ ਮਾਹੌਲ ਦੇ ਵਿੱਚੋਂ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਆ, ਮੈਂ ਸਹਿਮਤ ਹਾਂ ਇਸ ਚੀਜ਼ ਨਾਲ। ਅਤੇ ਭਾਈ ਹੋਰ ਰੰਗ ਵੀ ਹੈਗੇ ਨੇ, ਕਹਿੰਦੇ ਮੈਂ ਸੁਣਿਆ ਵੀ ਟੱਪੇ ਬੋਲੀਆਂ ਪੁਰਾਣਾ ਬਹੁਤ ਖਜ਼ਾਨਾ ਤੁਸੀਂ ਸਾਂਭ ਕੇ ਰੱਖਿਆ, ਸਫ਼ਰ ਕਿੱਥੋਂ ਕੁ ਜਿਹਾ ਸ਼ੁਰੂ ਹੋਇਆ ਗਾਇਕੀ ਦਾ, ਸਿੱਖਣ ਦਾ, ਸਾਜ ਦਾ? ਸਿੱਖਣ ਦਾ ਸਕੂਲ ਲੈਵਲ ਤੋਂ। ਅੱਛਾ, ਸ਼ੁਰੂ ਤੋਂ ਸਕੂਲ ਪਰਿਵਾਰ 'ਚ ਸੀ? ਹਾਂਜੀ ਪਰਿਵਾਰ ਸੀਗਾ ਜੀ। ਅਤੇ ਥੋੜ੍ਹਾ ਦੱਸੋ ਫਿਰ। ਅਤੇ ਜਦੋਂ ਸਕੂਲ 'ਚ ਮੇਰੇ ਬ੍ਰਦਰ, ਵੱਡੇ ਬ੍ਰਦਰ, ਉਹਨਾਂ ਨੇ ਰਿਕਾਰਡ ਪਲੇਅਰ ਲਿਆਂਦੀ ਹੋਈ ਸੀ ਇੱਕ, ਅਤੇ ਉਹ ਮਹਿੰਦੀ ਹਸਨ ਸਾਹਿਬ ਦੇ ਰਿਕਾਰਡ ਲਿਆਉਣੇ ਉਹਨਾਂ ਨੇ, ਬੜੇ ਗੁਲਾਮ ਅਲੀ ਖਾਨ ਸਾਹਿਬ ਦੇ, ਅਤੇ ਉਹ ਜਦੋਂ ਲਾਉਣੇ ਅਤੇ ਅਸੀਂ ਛੋਟੇ ਛੋਟੇ ਸੀ, ਉਹ ਚੰਗਾ ਬਹੁਤ ਲੱਗਦਾ ਸੀ, ਉਹ ਜਦੋਂ ਕੰਨਾਂ 'ਚ ਪੈਣੀ ਨਾ ਉਹ ਚੰਗਾ ਲੱਗਦਾ ਸੀ, ਜਦੋਂ ਅਸੀਂ ਉਹ ਗਾਈਏ ਅਤੇ ਉਹ ਗਾਇਆ ਨਾ ਜਾਵੇ ਅਤੇ ਉਹ ਹੋਵੇ ਨਾ। ਅਤੇ ਉਹ ਫਿਰ ਉਹ ਦੌੜ ਫਿਰ ਸ਼ੁਰੂ ਹੋ ਗਈ ਵੀ ਇਹ ਕਿਉਂ ਨਹੀਂ ਹੁੰਦਾ, ਫਿਰ ਉਹ ਸਿੱਖਣਾ ਸ਼ੁਰੂ ਹੋ ਗਿਆ।
ਹਾਂਜੀ, ਫਿਰ ਹੌਲੀ 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 ਕਿਸੇ ਉਸਤਾਦ ਕੋਲ, ਕਦੀ ਕਿਸੇ ਕੋਲ, ਫਿਰ ਉਹਦਾ ਰਿਆਜ਼ ਕੀਤਾ, ਫਿਰ ਮੈਂ ਉਹ ਰੇਡੀਓ ਸਟੇਸ਼ਨ ਫਿਰ ਮੈਂ ਕੀਤਾ, ਮੈਂ ਬੀ ਆਈ ਕਲਾਸ ਰੇਡੀਓ ਤੋਂ ਉੱਥੋਂ ਜਲੰਧਰ ਤੋਂ, ਅਤੇ ਉੱਥੇ ਕੋਈ ਨਿੱਕੀ ਗੱਲ ਨਹੀਂ ਹੈ। ਹਾਂਜੀ, ਉੱਥੇ ਫਿਰ ਗਜ਼ਲਾਂ ਲਈ ਫਿਰ ਉਹ ਸਿਲੈਕਸ਼ਨ ਹੋਈ, ਅਤੇ ਉੱਥੇ ਜਾਂਦੇ ਰਹੇ, ਫਿਰ ਟੀ ਵੀ ਕੀਤਾ, ਅਤੇ ਇੱਦਾਂ ਫਿਰ ਉਹ ਕਾਫੀ ਸਫ਼ਰ ਚੱਲਦਾ ਰਿਹਾ। ਫਿਰ ਚੰਗੇ ਦੀ ਉਹ ਭਾਲ ਰਿਚ ਪੋਇਟਰੀ ਦੀ, ਵਧੀਆ ਦੀ, ਵਧੀਆ ਦੀ ਪਰਫੈਕਸ਼ਨ ਦੀ, ਵੀ ਆਹ ਲੱਭੀਏ, ਆਹ ਲੱਭੀਏ, ਇਹਦੇ ਕੋਲ ਸਿੱਖੀ ਯਾਰ, ਆਹ ਕਿੱਦਾਂ ਗਾਉਂਦਾ, ਉਹ ਕਿੱਦਾਂ, ਉਹ ਫਿਰ ਬੰਦਾ ਲੱਭਣ ਲੱਗ ਪੈਂਦਾ ਉੱਥੇ ਜਦੋਂ ਤੋਂ ਸ਼ੁਰੂ ਹੋ ਜਾਵੇ। ਭਾਈ ਕਦੀ ਇੱਦਾਂ ਨਹੀਂ ਮਹਿਸੂਸ ਹੋਇਆ ਚੰਗਾ ਜਿਹੜਾ ਗਾਉਣਾ ਵਾ, ਜਾਂ ਇਹ ਜਿਹੜੀ ਸ਼ੈਲੀ ਤੁਸੀਂ ਫੜੀ? ਕਹਿੰਦੇ ਨੇ ਇਹਦੇ ਵਿੱਚ ਘਰ ਨਹੀਂ ਚੱਲਦਾ, ਘਰ ਚਲਾਉਣ ਦੇ ਲਈ ਕੁਛ ਹੋਰ ਗਾਉਣਾ ਪੈਂਦਾ, ਕਰਨਾ ਪੈਂਦਾ, ਕਦੀ ਹੋਇਆ ਮਹਿਸੂਸ? ਨਹੀਂ, ਮੈਂ ਤਾਂ ਨਹੀਂ ਉਸ ਪਾਸੇ ਨਹੀਂ, ਮੈਂ ਤਾਂ ਨਹੀਂ ਸਮਝਦਾ ਇੱਦਾਂ ਦੀ ਗੱਲ। ਦੇਖੋ, ਚੰਗਾ ਚੰਗਾ ਹੀ ਰਹਿਣਾ ਵਾ, ਉਹ ਇਸ਼ੂ ਵੱਖਰਾ ਵਾ, ਘਰ ਚਲਾਉਣਾ ਜਾਂ ਕੁਛ ਚਲਾਉਣਾ, ਉਹਦੇ ਨਾਲ ਨਹੀਂ। ਦੇਖੋ, ਇਸ ਇਹ ਇਸ਼ਕ ਆ ਇਹ ਪੂਰਾ। ਬਹੁਤ ਵਧੀਆ ਭਾਈ, ਬਹੁਤ ਵਧੀਆ। ਅਤੇ ਫਿਰ ਕੁਛ ਉਹੋ ਜਿਹਾ ਰੰਗ ਵੀ ਕੋਈ ਟੱਪੇ ਜੇ ਸੁਣਾ ਦਿਓ ਤੇ ਡਰ ਗਿਆ ਹੈ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ, ਬਾਲ ਜੋਤਾਂ ਜ਼ਿੰਦਗੀ ਦੇ ਮਾਣ ਮਤੀਆਂ, ਜਗ੍ਹਾ ਦੇ ਮੋਮ ਬੱਤੀਆਂ ਉੱਠੇ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ, ਪੌਣਕ ਪੱਤੀਆਂ ਜਗ੍ਹਾ ਦੇ ਮੋਮਬੱਤੀਆਂ ਉੱਠੇ, ਵਾਵ ਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ, ਝਾੜ ਦੇ ਵਨ ਪੱਤ ਚੜਾ ਕੇ ਪੱਤੇ, ਵਾਵ ਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ, ਝਾੜ ਦੇ ਵਨ ਪੱਤ ਚੜਾ ਕੇ ਪੱਤੇ, ਵਾਵ ਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ, ਝਾੜ ਦੇ ਵਨ ਪੱਤ ਚੜਾ ਕੇ ਪੱਤੇ, ਇਸ ਦਾ ਮਤਲਬ ਨਹੀਂ, ਇਸ ਦਾ ਮਤਲਬ ਜਗ੍ਹਾ ਦੇ ਮੋਮਬੱਤੀਆਂ ਉੱਠੇ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ, ਪੱਤੀਆਂ ਜਗ੍ਹਾ ਦੇ ਮੋਮਬੱਤੀਆਂ ਉੱਠੇ। ਬਹੁਤ ਖੂਬ ਭਾਜੀ, ਇਹ ਵੀ ਉਹਨਾਂ ਦਾ ਰੰਗ ਸੀ ਇੱਕ, ਬਹੁਤ ਖੂਬ, ਮਤਲਬ ਹਰ ਰੰਗ ਹੀ, ਹਾਂ ਬਿਲਕੁਲ, ਹਰ ਰੰਗ ਹੀ ਇੱਕ ਇੱਕ ਜਜ਼ਬਾ ਹੀ, ਜਜ਼ਬਾਤ ਸੀ, ਕਿਸੇ ਦੇ ਹਾਵ ਭਾਵ ਹੀ, ਕੁਦਰਤ ਦੇ ਕਿੰਨੇ ਰੰਗ ਉਹਨਾਂ ਨੇ ਪਰੋਏ ਨੇ। ਮੈਂ ਕਹੂੰਗਾ ਜਿੱਦਾਂ ਅੱਜ ਕੱਲ੍ਹ ਜਿਹੜੀ ਚੀਜ਼ ਦੀ ਬਹੁਤ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ, ਇੰਸਪੀਰੇਸ਼ਨ, ਪੋਜ਼ਿਟਿਵਿਟੀ, ਕਿਸੇ ਨੂੰ ਹੌਸਲਾ ਦੇਣਾ,
ਸੋ ਹਰ ਰੰਗ ਤੁਸੀਂ ਉਹਨਾਂ ਦੀਆਂ ਲਿਖਤਾਂ 'ਚੋਂ ਲੈ ਸਕਦੇ ਹੋ। ਹਾਂਜੀ ਬਿਲਕੁਲ, ਬੰਦਾ ਆਉਂਦੇ ਹੁੰਦੇ ਵੀ ਡਿੱਗਾ ਡਿੱਗਾ ਉੱਠ ਕੇ ਖਲੋ ਜੇ, ਬਿਲਕੁਲ ਇਹ ਤੇ ਮੇਰੇ ਲਈ ਸ਼ਾਇਦ ਇਹ ਗੱਲ ਕਹੇਗੀ ਆ। ਬਿਲਕੁਲ ਠੀਕ ਹੈ, ਬਹੁਤ ਵਧੀਆ ਭਾਈ। ਤੇ ਕਿਵੇਂ ਹੁਣ ਸਫ਼ਰ, ਇਹ ਕਿਵੇਂ ਚੱਲ ਰਿਹਾ, ਪ੍ਰੋਫੈਸ਼ਨਲੀ ਗਾ ਰਹੇ ਹੋ ਜਾਂ? ਬਿਲਕੁਲ ਮੈਂ ਗਾ ਰਿਹਾ ਜੀ। ਮਿਲ ਜਾਂਦੇ ਪ੍ਰੋਗਰਾਮ ਕਾਫੀ? ਹਾਂ ਚੰਗੇ ਮਿਲ ਹੀ ਜਾਂਦੇ ਨੇ, ਚੰਗਿਆਂ ਨੂੰ ਘੱਟ ਮਿਲਦੇ ਨੇ ਪਰ ਚੰਗੇ ਮਿਲ ਜਾਂਦੇ। ਤੇ ਅੱਗੇ ਪਰਿਵਾਰ 'ਚ ਵੀ ਲਾਈ ਚੇਟਕ ਗਾ? ਇਹ ਹਾਂਜੀ, ਬੱਚਿਆਂ ਨੂੰ ਸ਼ੌਕ ਬਹੁਤ ਹੈ ਸੁਣਨ ਦਾ, ਬੜੀ ਸਪੋਰਟ ਕਰਦੇ ਨੇ ਮੇਰੀ, ਬੱਚੇ ਵੀ, ਮਿਸਜ ਵੀ ਜੀ ਸਾਰੇ। ਬੱਚਿਆਂ 'ਚੋਂ ਵੀ ਕੋਈ ਗਾਉਂਦਾ? ਬੱਚਿਆਂ 'ਚੋਂ ਅਜੇ ਤਾਂ ਨਹੀਂ, ਸੁਣਨ ਦਾ ਬਹੁਤ ਸ਼ੌਕ ਹੈ ਬੱਚਿਆਂ ਨੂੰ। ਫਿਰ ਆਪਣੇ ਆਪ ਆ ਹੀ ਜਾਣਗੇ ਫਿਰ? ਬਿਲਕੁਲ, ਕੋਸ਼ਿਸ਼ ਤਾਂ ਹੈ, ਕੋਸ਼ਿਸ਼ ਵੀ ਚੰਗੀ ਪੋਇਟਰੀ ਸੁਣਨ, ਚੰਗਾ ਗਾਉਣ ਜੀ, ਆਪਣੇ ਵਾਸਤੇ ਗਾਉਣ, ਆਪਣੇ ਰੂਹ ਲਈ ਗਾਉਣ। ਬਹੁਤ ਵਧੀਆ ਭਾਈ, ਬਹੁਤ ਵਧੀਆ। ਅਤੇ ਕੋਈ ਕੋਈ ਉੱਦਾਂ ਦਾ ਕੋਈ ਰੰਗ, ਕੋਈ ਹਾਸੇ ਠੱਠੇ ਵਾਲਾ, ਕੋਈ ਮਹਿਫਲ ਵਾਲਾ ਕੁਛ? ਤੁਹਾਡੇ ਮਿੱਤਰ ਦੱਸ ਰਹੇ ਸੀ ਕਿ ਬੜੇ ਵਧੀਆ, ਕੋਈ ਔਡੀ ਦਾ ਜ਼ਿਕਰ ਕਰ ਰਹੇ ਕੋਈ, ਜੇ ਤੁਹਾਡਾ ਮਨ ਹੋਵੇ ਤੇ। ਕਦੀ ਸਾਡੇ ਵੀ ਤਾਂ ਗੱਡੇ ਉੱਤੇ ਬਹਿ ਜਾਣੀ, ਹੋੜੀਆਂ ਚ ਬਹਿਣ ਵਾਲੀਏ, ਨਿਓੜੀਆਂ ਚ ਬਹਿਣ ਵਾਲੀਏ। ਕਦੇ ਸਸਰੀ ਅਕਾਲ ਸਾਨੂੰ ਕਹਿ ਜਾਣੀ, ਬਾਏ ਬਾਏ ਕਹਿਣ ਵਾਲੀਏ, ਨੀ ਬਾਏ ਬਾਏ ਕਹਿਣ ਵਾਲੀਏ। ਮੰਨਿਆ ਗੱਡਾ ਸਖਤ ਬੜਾ ਹੈ, ਦੇਖਣ ਨੂੰ ਵੀ ਪਤਾ ਤੇਰੇ ਲਈ ਵਿਛਾ ਦਿੱਤਾ ਏ ਨਵਾਂ ਫੋਮ ਦਾ ਗੱਦਾ। ਮੰਨਿਆ ਗੱਡਾ ਸਖਤ ਬੜਾ ਏ, ਦੇਖਣ ਨੂੰ ਵੀ ਪਤਾ ਤੇਰੇ ਲਈ ਵਿਛਾ ਦਿੱਤਾ ਏ ਨਵਾਂ ਫੋਮ ਦਾ ਗੱਦਾ। ਮਰ ਚੌਂਕੜੀ ਤੂੰ ਹਾਏ, ਮਰ ਚੌਂਕੜੀ ਤੂੰ ਗੱਦੇ ਉੱਤੇ ਬਹਿ ਜਾਣੀ, ਹੋੜੀਆਂ ਚ ਬਹਿਣ ਵਾਲੀਏ, ਨਿਭਾਏ ਬਾਏ ਕਰਨ ਵਾਲੀਏ। ਬਹੁਤ ਵਧੀਆ ਬਾਈ, ਬਹੁਤ ਸੋਹਣਾ, ਸਾਰੇ ਰੰਗ ਹੈਗੇ। ਹਾਂਜੀ ਹਾਂਜੀ, ਇਹ ਵੀ ਉਰਦੂ ਵਾਲੇ ਰਾਈਟਰ ਦਾ ਰੰਗ ਹੈ ਜੀ। ਬਹੁਤ ਭਾਈ, ਆਪ ਵੀ ਲਿਖਦੇ? ਇੰਨੇ ਮੈਂ ਨਹੀਂ ਲਿਖਦਾ ਜੀ, ਆਪ ਨਹੀਂ ਲਿਖਦਾ? ਚੰਗੀ, ਚੰਗਾ ਲਿਖਣ ਵਾਲਿਆਂ ਦੀ ਪਛਾਣ ਹੈ। ਹਾਂਜੀ, ਮੈਟਰ ਚੰਗਾ ਆਪਾਂ ਕੱਢ ਲੈਂਦੇ, ਹਮੇਸ਼ਾ ਲੱਗੀ ਰਹਿੰਦੀ ਹੈ ਰੂਹ ਵੀ, ਲੱਭੇ ਚੰਗਾ ਕਿਤੋਂ, ਲੱਭੇ ਚੰਗਾ, ਚੰਗਾ ਲੱਭੇ ਉਹਨੂੰ ਕੀਤਾ ਜਾਵੇ ਕੁਛ। ਕੀ ਪਛਾਣ, ਕੀ ਚੰਗੇ ਦੀ, ਕਿੱਦਾਂ, ਕਿਹੜੀ ਕਿਹੜੀ ਵਾਜੇ ਨਾਲ ਕੋਈ ਖਾਸ ਪ੍ਰੇਮ ਹੈ? ਤਾਂ ਖਾਸਾ ਪੁਰਾਣਾ ਲੱਗਦਾ ਵਾਜਾ, ਪੁਰਾਣੀ ਕਾਫੀ ਮੈਨੂੰ ਲੱਗਦਾ ਵੀ। ਹਾਂਜੀ ਹਾਂਜੀ, ਪੁਰਾਣੀ ਕੋਈ ਯਾਦ ਜੁੜੀ ਲੱਗਦੀ ਹੈ ਕੋਈ? ਨਹੀਂ, ਕੋਈ ਪਹਿਲਾਂ ਹੀ ਆ ਕੇ ਬਾਅਦ ਵਿੱਚ ਲਿਆ?
ਕਈ ਵਾਰੀ ਹੁੰਦਾ ਨਾ ਕੋਈ ਪਹਿਲਾਂ ਸ਼ੁਰੂ ਦੇ ਲਿਆ ਸੀ ਜਾਂ ਕਿਸੇ ਖਾਸ ਨੇ ਗਿਫਟ, ਕਾਫੀ ਪਹਿਲਾਂ ਲਿਆ ਸੀ ਜੀ, ਤੇ ਫਿਰ ਮੈਂ ਕਦੇ ਨਿਊਜ਼ੀਲੈਂਡ ਆਇਆ ਤੇ ਫਿਰ ਮੈਂ ਉੱਥੇ ਲੈ ਆਇਆ ਬੇਟੇ, ਨਿਊਜ਼ੀਲੈਂਡ ਹੁੰਦੇ ਸੀ ਜੀ, ਤੇ ਜਦੋਂ ਇੱਧਰ ਆਏ ਫਿਰ ਇੱਧਰ ਵੀ ਆ ਗਿਆ ਨਾਲ ਹੀ ਹਰਮੋਨੀਅਮ, ਫਿਰ ਮੈਂ ਕਿਹਾ ਚਲੋ ਇਹਨੂੰ ਇੱਥੇ ਹੀ ਰੱਖ ਛੱਡਦੇ ਆ। ਅੱਛਾ, ਇਹ ਇੱਥੇ ਹੀ ਰੱਖਿਆ ਵਾ? ਆ ਇਹ ਇੱਥੇ ਹੀ ਰੱਖਿਆ ਹੋਇਆ। ਓ ਵਾ, ਇਹ ਇਹ ਔਜ਼ੀ ਵਾਜਾ ਵਾ ਫਿਰ ਕੇ, ਹਾਂਜੀ ਆਈਲੈਟਸ ਕੀਤੀ ਇਹਨੇ। ਬਿਲਕੁਲ, ਉਦੋਂ ਬਿਨਾਂ ਤਾਂ ਹੋਣਾ ਨਹੀਂ ਸੀਗਾ। ਨਹੀਂ, ਬਹੁਤ ਵਧੀਆ।